ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲੇਬਰ ਕੁਆਟਰਾਂ, ਹੋਸਟਲ ਤੇ ਪੀਜੀ ਕਿਰਾਏ ਤੇ ਦਿੱਤੀ ਰਿਹਾਇਸ਼ ਮਕਾਨ ਨੂੰ ਪ੍ਰਾਪਰਟੀ ਟੈਕਸ 'ਚ ਮਿਲ ਰਹੀ ਛੋਟ ਕਰੋਨਾ ਦੇ ਦੌਰ 'ਚ ਵਾਪਸ ਲੈ ਲਈ ਗਈ ਹੈ, ਜਿਸ ਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਸਧਾਰਨ ਰਿਹਾਇਸ਼ ਦਰ ਤੇ ਪ੍ਰਾਪਰਟੀ ਟੈਕਸ ਦੇ ਰਹੇ ਇਸ ਸ਼੍ਰੇਣੀ 'ਚ ਆਉਣ ਵਾਲੇ ਯੂਨਿਟਾਂ ਨੂੰ ਹੁਣ ਕਮਰਸ਼ੀਅਲ ਦਰ 'ਤੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣੇ ਪੈਣਗੇ। ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਸਥਾਨਕ ਸਰਕਾਰਾਂ ਬਾਰੇ ਮਹਿਕਮੇ ਦੇ ਵਧੀਕ ਸਕੱਤਰ ਵੱਲੋਂ ਜਾਰੀ ਕਰ ਦਿੱਤਾ ਗਿਆ, ਜਿਸ ਮੁਤਾਬਕ ਉਪਰੋਕਤ ਸ਼੍ਰੇਣੀਆਂ ਨੂੰ ਕਮਰਸ਼ੀਅਲ ਅਤੇ ਇੰਡਸਟਰੀਅਲ 'ਤੇ ਲਾਗੂ ਹੋਣ ਵਾਲੇ 7.5% ਦੇ ਟ੍ਰੈਫਿਕ ਨਾਲ ਸਕਰੈਚ ਕਰ ਦਿੱਤਾ ਗਿਆ। ਹਾਊਸ ਟੈਕਸ ਦੇ ਸਮੇਂ ਲੱਗਦਾ ਸੀ 9% ਅਤੇ 2013 'ਚ ਘਟਾ ਕੇ ਇਸ ਨੂੰ 3% ਕਰ ਦਿੱਤਾ। 2014 ਤੋਂ ਬਾਅਦ ਸੈਲਫ ਰੈਜੀਡੈਂਸ ਦੀ ਸ਼੍ਰੇਣੀ 'ਚ ਇਸ ਨੂੰ ਸ਼ਾਮਿਲ ਕੀਤਾ ਗਿਆ ਅਤੇ ਹੁਣ ਤੁਹਾਨੂੰ ਦੇਣਾ ਪਵੇਗਾ 7.5% ਟੈਕਸ। ਪੰਜਾਬ ਸਰਕਾਰ ਵੱਲੋਂ ਕੇਂਦਰ ਤੋਂ ਗ੍ਰਾਂਟ ਲੈਣ ਲਈ ਲਗਾਈਆਂ ਗਈਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਹਾਊਸ ਟੈਕਸ ਦੀ ਜਗ੍ਹਾ ਪ੍ਰਾਪਰਟੀ ਟੈਕਸ ਲਾਗੂ ਕਰਦੇ ਸਮੇਂ ਰਿਹਾਇਸ਼ੀ ਮਕਾਨਾਂ ਨੂੰ ਮਿਲ ਰਹੀ ਛੋਟ ਖਤਮ ਕਰ ਦਿੱਤੀ ਗਈ ਸੀ। ਉਸ ਸਮੇਂ ਨਗਰ ਨਿਗਮ ਨੂੰ ਕਾਫ਼ੀ ਜ਼ਿਆਦਾ ਟੈਕਸ ਮਿਲਣ ਦਾ ਦਾਅਵਾ ਕੀਤਾ ਗਿਆ ਸੀ, ਪਰ ਹੋਇਆ ਉਸ ਦੇ ਬਿਲਕੁਲ ਉਲਟ ਹੈ। ਪ੍ਰਾਪਰਟੀ ਟੈਕਸ ਦਾ ਰੈਵਨਿਊ ਹਾਊਸ ਟੈਕਸ ਤੋਂ ਹੇਠਾਂ ਚਲਾ ਗਿਆ, ਜਿਸ ਲਈ ਟੈਕਸ ਸਲੈਬ ਪਹਿਲਾਂ ਦੇ ਮੁਕਾਬਲੇ ਘੱਟ ਕਰਨ ਤੋਂ ਇਲਾਵਾ ਕੈਟਾਗਰੀ ਨੂੰ ਮਾਫ਼ੀ ਦੇਣ ਦਾ ਹਵਾਲਾ ਦਿੱਤਾ ਗਿਆ ਸੀ ਅਤੇ ਹੁਣ 3 ਸ਼੍ਰੇਣੀਆਂ ਨੂੰ ਮਿਲ ਰਹੀ ਛੋਟ ਖਤਮ ਹੋਣ ਨਾਲ ਨਗਰ ਨਿਗਮ ਨੂੰ ਫਾਇਦਾ ਹੋਵੇਗਾ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਵੱਡੀ ਖਬਰ। ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਦਮੀਜ਼ਵਾਲਾ.com ਦੇ ਨਾਲ।